ਅਸੀਂ ਅੱਜ ਖੂਨਦਾਨ ਕਰਕੇ ਆਏ ਅਤੇ ਮੈਂ ਉਹ ਫੋਟੋ ਸ਼ੇਅਰ ਕੀਤੀ ਕਿ ਅਸੀਂ ਖੂਨਦਾਨ ਕਰਕੇ ਆਏ ਜੀ, ਤੁਸੀਂ ਵੀ ਕਰੋ, ਕਿਸੇ ਦੀ ਜਾਨ ਬਚਦੀ ਹੈ। ਕਿਸੇ ਨੇ ਸਾਲੇ ਨੇ ਲਿਖ ਦਿੱਤਾ ਕਿ ਜੀ ਆਖਰੀ ਸਾਹ, ਮਾਸਟਰ ਸਲੀਮ ਨੇ ਲਿਆ ਆਖਰੀ ਸਾਹ, ਕਰੋਨਾ ਦੀ ਮੌਤ, ਆਰ ਆਈ ਪੀ। ਉਹ ਭਰਾਵਾ ਆਖਰੀ ਸਾਹ ਤਾਂ ਸਾਰਿਆਂ ਨੇ ਲੈਣਾ, ਪੂਰੀ ਦੁਨੀਆ ਨੇ। ਸੋਸ਼ਲ ਮੀਡੀਆ ਉੱਤੇ ਬੇਹੱਦ ਐਕਟਿਵ ਰਹਿਣ ਵਾਲੇ ਮਾਸਟਰ ਸਲੀਮ ਕਈ ਵਾਰ ਮੁਸ਼ਕਲਾਂ ਵਿੱਚ ਫਸ ਜਾਂਦੇ ਨੇ ਤੇ ਨਾਲ ਹੀ ਸੋਸ਼ਲ ਮੀਡੀਆ ਉੱਤੇ ਟ੍ਰੋਲ ਹੋਣ ਲੱਗ ਪੈਂਦੇ ਨੇ। ਅਜਿਹਾ ਹੀ ਹਾਲ ਹੀ ਦੇ ਵਿੱਚ ਕੁਝ ਹੋਇਆ ਮਾਸਟਰ ਸਲੀਮ ਦੇ ਨਾਲ, ਜਦੋਂ ਖੂਨਦਾਨ ਕਰਨ ਪਹੁੰਚੇ, ਜਿਸ ਤੋਂ ਬਾਅਦ ਉਹ ਸੋਸ਼ਲ ਮੀਡੀਆ ਉੱਤੇ ਟ੍ਰੋਲ ਹੋ ਗਏ। ਕਈਆਂ ਨੇ ਅਫਵਾਹ ਫੈਲਾ ਦਿੱਤੀ ਕਿ ਮਾਸਟਰ ਸਲੀਮ ਦੀ ਮੌਤ ਹੋ ਗਈ ਹੈ। ਇਸ ਸਭ ਤੋਂ ਬਾਅਦ ਮਾਸਟਰ ਸਲੀਮ ਨੂੰ ਖੁਦ ਇੱਕ ਵੀਡੀਓ ਸਾਂਝੀ ਕਰ ਇਸ ਗੱਲ ਦੀ ਸਫਾਈ ਦੇਣੀ ਪਈ। ਇਸ ਦੇ ਨਾਲ ਹੀ ਸਲੀਮ ਨੇ ਇਹ ਅਫਵਾਹ ਫੈਲਾਉਣ ਵਾਲਿਆਂ ਨੂੰ ਫਟਕਾਰ ਵੀ ਲਗਾਈ ਔਰ ਕੀ ਕਿਹਾ ਮਾਸਟਰ ਸਲੀਮ ਨੇ, ਆਓ ਸੁਣਦੇ ਹਾਂ। ਲਓ ਜੀ, ਦੁਨੀਆ 'ਚ ਤਰ੍ਹਾਂ ਤਰ੍ਹਾਂ ਦੇ ਲੋਕ ਹੋਣੇ ਆ। ਕਈ ਯੂਟਿਊਬ ਚੈਨਲ ਜਾਂ ਕਈ ਐਸੇ ਸਨੈਪਚੈਟ ਵਾਲੇ ਬੰਦੇ ਜਾਂ ਇੰਸਟਾਗ੍ਰਾਮ 'ਤੇ ਜਿਹੜੇ ਇਹਨਾਂ ਦੇ ਪੇਜਿਸ ਪੂਜਿਸ ਨੇ। ਅਸੀਂ ਅੱਜ ਖੂਨਦਾਨ ਕਰਕੇ ਆਏ ਅਤੇ ਮੈਂ ਉਹ ਫੋਟੋ ਸ਼ੇਅਰ ਕੀਤੀ ਕਿ ਅਸੀਂ ਖੂਨਦਾਨ ਕਰਕੇ ਆਏ ਜੀ, ਤੁਸੀਂ ਵੀ ਕਰੋ, ਕਿਸੇ ਦੀ ਜਾਨ ਬਚਦੀ ਹੈ। ਕਿਸੇ ਨੇ ਸਾਲੇ ਨੇ ਲਿਖ ਦਿੱਤਾ ਕਿ ਜੀ ਆਖਰੀ ਸਾਹ, ਮਾਸਟਰ ਸਲੀਮ ਨੇ ਲਿਆ ਆਖਰੀ ਸਾਹ, ਕਰੋਨਾ ਦੀ ਮੌਤ, ਆਰ ਆਈ ਪੀ। ਉਹ ਭਰਾਵਾ ਆਖਰੀ ਸਾਹ ਤਾਂ ਸਾਰਿਆਂ ਨੇ ਲੈਣਾ, ਪੂਰੀ ਦੁਨੀਆ ਨੇ। ਇੱਕ ਨਾ ਇੱਕ ਦਿਨ ਸਾਰਿਆਂ ਨੇ ਲੈਣਾ ਹੀ ਹੈ, ਪਰ ਇੱਦਾਂ ਦੇ ਪ੍ਰਚਾਰ ਨਾ ਕਰੋ। ਮੈਂ ਬਿਲਕੁਲ ਠੀਕ ਠਾਕ ਹਾਂ ਔਰ ਮੇਰੀ ਪਹਿਲੀ ਵੈਕਸੀਨ ਹੋ ਗਈ ਹੈ, ਦੂਸਰੀ ਡੋਜ਼ ਮੇਰੀ ਲੱਗਣ ਵਾਲੀ ਹੈ ਅਤੇ ਫੁੱਲ ਅਸੀਂ ਪ੍ਰੋਟੈਕਸ਼ਨਸ ਯੂਜ਼ ਕਰਦੇ ਹਾਂ। ਮਾਸਕ ਮੂਸਕ ਆ ਦੇਖੋ, ਮੇਰੇ ਕੋਲ ਅੱਜ ਵੀ ਪੜਿਆ, ਮੈਂ ਵੀਡੀਓ ਬਣਾਉਣ ਲਈ ਮਾਸਕ ਲਾਇਆ। ਪਰ ਮੇਰੀ ਗੁਜ਼ਾਰਿਸ਼ ਹੈ ਕਿ ਇੰਸਟਾਗ੍ਰਾਮ ਵਾਲਿਓ ਜਾਂ ਫੇਸਬੁੱਕ ਪੇਜਾਂ ਵਾਲਿਓ, ਪਲੀਜ਼ ਇੱਦਾਂ ਦੀਆਂ ਚੀਜ਼ਾਂ ਨਾ ਪਾਓ ਆਪਣੀ। ਲਓ ਜੀ, ਦੁਨੀਆ 'ਚ ਤਰ੍ਹਾਂ ਤਰ੍ਹਾਂ ਦੇ ਲੋਕ ਹੋਣੇ ਆ। ਕਈ ਯੂਟਿਊਬ ਚੈਨਲ ਜਾਂ ਕਈ ਐਸੇ ਸਨੈਪਚੈਟ ਵਾਲੇ ਬੰਦੇ ਜਾਂ ਇੰਸਟਾਗ੍ਰਾਮ 'ਤੇ ਜਿਹੜੇ ਇਹਨਾਂ ਦੇ ਪੇਜਿਸ ਪੂਜਿਸ ਨੇ। ਅਸੀਂ ਅੱਜ ਖੂਨਦਾਨ ਕਰਕੇ ਆਏ ਅਤੇ ਮੈਂ ਉਹ ਫੋਟੋ ਸ਼ੇਅਰ ਕੀਤੀ ਕਿ ਅਸੀਂ ਖੂਨਦਾਨ ਕਰਕੇ ਆਏ ਜੀ, ਤੁਸੀਂ ਵੀ ਕਰੋ, ਕਿਸੇ ਦੀ ਜਾਨ ਬਚਦੀ ਹੈ। ਕਿਸੇ ਨੇ ਸਾਲੇ ਨੇ ਲਿਖ ਦਿੱਤਾ ਕਿ ਜੀ ਆਖਰੀ ਸਾਹ, ਮਾਸਟਰ ਸਲੀਮ ਨੇ ਲਿਆ ਆਖਰੀ ਸਾਹ, ਕਰੋਨਾ ਦੀ ਮੌਤ, ਆਰ ਆਈ ਪੀ। ਉਹ ਭਰਾਵਾ ਆਖਰੀ ਸਾਹ ਤਾਂ ਸਾਰਿਆਂ ਨੇ ਲੈਣਾ, ਪੂਰੀ ਦੁਨੀਆ ਨੇ। ਇੱਕ ਨਾ ਇੱਕ ਦਿਨ ਸਾਰਿਆਂ ਨੇ ਲੈਣਾ ਹੀ ਹੈ, ਪਰ ਇੱਦਾਂ ਦੇ ਪ੍ਰਚਾਰ ਨਾ ਕਰੋ। ਮੈਂ ਬਿਲਕੁਲ ਠੀਕ ਠਾਕ ਹਾਂ ਔਰ ਮੇਰੀ ਪਹਿਲੀ ਵੈਕਸੀਨ ਹੋ ਗਈ ਹੈ, ਦੂਸਰੀ ਡੋਜ਼ ਮੇਰੀ ਲੱਗਣ ਵਾਲੀ ਹੈ ਅਤੇ ਫੁੱਲ ਅਸੀਂ ਪ੍ਰੋਟੈਕਸ਼ਨਸ ਯੂਜ਼ ਕਰਦੇ ਹਾਂ। ਮਾਸਕ ਮੂਸਕ ਆ ਦੇਖੋ, ਮੇਰੇ ਕੋਲ ਅੱਜ ਵੀ ਪੜਿਆ, ਮੈਂ ਵੀਡੀਓ ਬਣਾਉਣ ਲਈ ਮਾਸਕ ਲਾਇਆ। ਪਰ ਮੇਰੀ ਗੁਜ਼ਾਰਿਸ਼ ਹੈ ਕਿ ਇੰਸਟਾਗ੍ਰਾਮ ਵਾਲਿਓ ਜਾਂ ਫੇਸਬੁੱਕ ਪੇਜਾਂ ਵਾਲਿਓ, ਪਲੀਜ਼ ਇੱਦਾਂ ਦੀਆਂ ਚੀਜ਼ਾਂ ਨਾ ਪਾਓ ਆਪਣੀ। ਮਾਸਟਰ ਸਲੀਮ ਦੀ ਇਸ ਵੀਡੀਓ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ, ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ। ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ, ਯੂਟਿਊਬ ਚੈਨਲ ਸਬਸਕ੍ਰਾਈਬ ਕਰੋ ਅਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ।